ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਜੀ ਤੇ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ ਦੇ ਵਿੱਚ ਸਾਰੀਆਂ ਜਿੰਨੀ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਦਿਖਾਵਾਂਗੇ ਤੁਹਾਨੂੰ ਤੇ ਆਪਣੇ ਚੈਨਲ ਦਾ ਤੁਸੀਂ ਸਾਰੇ ਜਣੇ WhatsApp ਨੰਬਰ ਨੋਟ ਜ਼ਰੂਰ ਕਰ ਲਿਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਵਰ ਵਰ 78140 38764 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਆਹ ਵੀਡੀਓ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਕਿਸੇ ਵੀ ਏਰੀਆ 'ਚ ਕੋਈ ਵੀ ਅਜੀ ਗੱਡੀ ਆ ਮੋਟਰਸਾਈਕਲ ਆ ਜਾਂ ਇਸ ਤੋਂ ਇਲਾਵਾ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਭੇਜ ਦਿਓ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਆਂ ਪਹਿਲੀ ਗੱਡੀ ਆਪਾਂ ਤੁਹਾਡੇ ਵਾਸਤੇ ਆਲਟੋ ਲੈ ਕੇ ਪਹੁੰਚੇ ਹਾਂ ਆਲਟੋ 6 ਮਾਰਲੇ 26 ਟੱਕਰੇ ਦੀ ਪਾਸਿੰਗ ਆਪਾਂ ਨੂੰ ਮਿਲ ਜਾਊਗੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਫੋਟੋਆਂ ਇਹਨਾਂ ਨੇ ਵਧੀਆ ਖਿੱਚ ਕੇ ਭੇਜੀਆਂ 80000 ਰੁਪਏ ਮੰਗ ਹੈ ਤੇ ਗੱਡੀ ਖੜੀ ਆ ਕਪੂਰਥਲੇ ਏਰੀਆ ਚ ਇਹ ਤੇਰ ਵੀ ਵਧੀਆ ਪਈ ਨਹੀਂ ਨੁਕਸ ਵੀ ਕੋਈ ਨਹੀਂ ਗੱਡੀ 'ਚ ਬਾਕੀ ਰੰਗ ਤੁਸੀਂ ਦੇਖ ਰਹੇ ਹੋ ਤੇ ਮਾਲਕ ਨੂੰ ਫੋਨ ਕਰਕੇ ਪੁੱਛ ਲਿਓ ਕਿ ਮੈਂ ਕੁਛ ਹੈ ਰੰਗ ਤਾਂ ਨਹੀਂ ਹੋਈ ਜਾਂ ਕੋਈ ਦਿੱਕਤ ਤਾਂ ਨਹੀਂ ਸੀ ਬਾਕੀ ਇਹਨਾਂ ਨੇ ਕਿਹਾ ਨੁਕਸ ਕੋਈ ਨਹੀਂ ਹੈਗਾ ਬਾਕੀ ਆਪਦੀ ਤਸੱਲੀ ਵਾਸਤੇ ਤੁਸੀਂ ਪੁੱਛ ਲਿਓ ਨੰਬਰ 96 014 24 420 ਦੂਸਰੀ ਗੱਡੀ ਆਪਾਂ ਐਂਡਿਕਾ ਵਿਸਟਾ ਐਲ ਐਸ ਲੈ ਕੇ ਪਹੁੰਚੇ ਹਾਂ 13 ਮਾਡਲ ਗੱਡੀ ਹੈ 13 ਮਾਡਲ 1 ਲੱਖ 30000 ਰੁਪਿਆ ਡਿਮਾਂਡ ਹੈ। ਅੰਮ੍ਰਿਤਸਰ ਏਰੀਆ ਮਾਲਕ ਦਾ ਹੈਗਾ ਜੀ। ਗੱਡੀ ਮਾਲਕ ਦੇ ਘਰੇ ਖੜੀ ਆ। ਮਾਲਕ ਨੇ ਵਧੀਆ ਰੱਖੀ ਹੋਈ ਆ। ਵਧੀਆ ਚਲਾਈ ਹੋਈ ਆ। 130 ਡਿਮਾਂਡ ਆ ਲੈਸ ਹੋ ਜਾਊਗਾ। 70 ਤੋਂ 75 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ। ਗੱਡੀ 'ਚ ਨੁਕਸ ਕੋਈ ਨਹੀਂ ਹੈਗਾ। ਬਾਕੀ ਮਾੜੇ-ਮੋٹے ਸਕ੍ਰੈਚ ਮਿਲ ਜਾਣਗੇ। ਬਾਕੀ ਤੁਸੀਂ ਮਾਲਕ ਨੂੰ ਫੋਨ ਕਰਕੇ ਪੁੱਛ ਲਿਓ ਆਪਦੀ ਤਸੱਲੀ ਵਾਸਤੇ। ਰੰਗ ਦਾ ਤੁਸੀਂ ਪੁੱਛ ਲਿਓ ਤੇ ਬਾਕੀ ਜੋ ਵੀ ਪੁੱਛਣਾ ਕੋਈ ਵੀ ਗੱਲ ਕਰਨੀ ਹੈ ਤੁਸੀਂ ਫੋਨ ਕਰਕੇ ਕਰ ਲਿਓ ਜੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਬਾਕੀ ਜਿੰਨੀਆਂ ਗੱਡੀਆਂ ਆਪਾਂ ਦਿਖਾਉਨੇ ਤੁਹਾਨੂੰ ਨਾਲ ਦੀ ਨਾਲ نیچے ਸਕਰੀਨ ਤੇ ਆਪਾਂ ਨੰਬਰ ਵੀ ਉਹਨਾਂ ਦਾ ਦੇ ਦਿੰਨੇ ਆ ਜੀ ਸਿੱਧਾ ਮਾਲਕ ਦਾ ਨੰਬਰ ਹੁੰਦਾ ਜੀ ਉਹ 8360799520 ਆ ਮਾਲਕ ਦਾ ਨੰਬਰ ਹੈਗਾ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਹੁਣ ਆਪਾਂ ਗੱਲ ਕਰਦੇ ਹਾਂ ਛੋਟੇ ਹਾਥੀ ਦੀ ਛੋਟਾ ਹਾਥੀ ਮਾਲਕ ਨੇ ਭੇਜਿਆ ਆਪਣੇ ਕੋਲੇ ਵੇਚਣ ਵਾਸਤੇ ਨੋ ਮਾਡਲ ਆ ਹਾਂ ਤੇ ਇਹਨਾਂ ਨੂੰ ਪੈਸਿਆਂ ਦੀ ਲੋੜ ਹੈ ਜੀ ਜਲਦੀ ਵੇਚਣਾ ਇਹਨਾਂ ਨੇ ਰੇਟ 1,35,000 ਰੁਪਏ ਤੇ ਖੜਾ ਹਾਂ ਮਲੇਰਕੋਟਲੇ ਏਰੀਆ 'ਚ ਇਹਦੇ ਟਾਇਰ ਪਈ ਨੇ 70 ਤੋਂ 75 ਪੈਸੇ ਵਾਡੀ ਲਾਈਨ ਤੁਹਾਡੇ ਸਾਹਮਣੇ ਆ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹਾਂ ਮੂਰੋ ਵੀ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਕੰਡੀਸ਼ਨ ਸਾਡੀ ਦੀ ਸਾਡੀ ਤੁਹਾਡੇ ਸਾਹਮਣੇ ਹੈ ਜੀ ਜਿਹੜਾ ਰੇਟ ਆ ਹਾ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਲੈਸ ਬੱਸ ਹੋ ਜਾਊਗਾ ਤੇ 1 35 ਇੱਕ ਵਾਰੀ ਸਿਰਫ ਡਿਮਾਂਡ ਹੈ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਜਿਨ੍ਹਾਂ ਦਾ ਛੋਟਾ ਥੀ ਹੈਗਾ ਹਾ ਉਹਨਾਂ ਦਾ ਨੰਬਰ ਵੀ ਆਪਾਂ ਸਕਰੀਨ ਤੇ ਦੇ ਰੱਖਿਆ 84200 99 63230 ਹੁਣ ਤੁਸੀਂ ਦੇਖੋ ਜੀ ਰਿਟਜ ਗੱਡੀ ਰੀਟਜ ਆਪਣੇ ਕੋਲੇ ਨੋ ਮਾਡਲ ਮਾਲਕ ਨੇ ਭੇਜੀ ਆ 1 ਲੱਖ 25000 ਰੁਪਿਆ ਡਿਮਾਂਡ ਹੈ ਮਾਨਸਾ ਖੜੀ ਆ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਜੇ ਆਪਾਂ ਅੰਦਰੋਂ ਗੱਲ ਕਰੀਏ ਗੱਡੀ ਦੇਉ ਤਾਂ ਅੰਦਰੋਂ ਵੀ ਬਹੁਤ ਵਧੀਆ ਪਈ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਮੈਟਿੰਗ ਵਧੀਆ ਹੋਈ ਆ ਮੈਟ ਵਧੀਆ ਰੱਖੇ ਹੋਈ ਨੇ ਏਸੀ ਹੀਟਰ ਵਰਕਿੰਗ ਚ ਤੇ ਟੋਟਲ ਹੀ ਜੇ ਆਪਾਂ ਕਹੀਏ ਤਾਂ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਹੈ ਬਾਕੀ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਰੰਗ ਗੱਡੀ ਕਈ ਵਾਰੀ ਹੋਈ ਹੁੰਦੀ ਹੈ ਤੇ ਫੋਟੋਆਂ ਦੇ ਵਿੱਚ ਪਤਾ ਨਹੀਂ ਲੱਗਦਾ ਤੇ ਆਪਾਂ ਕਾਫੀ ਦੂਰ ਤੋਂ ਜੇ ਗੱਡੀ ਨੂੰ ਦੇਖਣ ਵੀ ਜਾਂਦੇ ਆ ਤੇ ਆਪਾਂ ਨੂੰ ਜਾ ਕੇ ਪਤਾ ਲੱਗਦਾ ਵੀ ਗੱਡੀ ਰੰਗ ਹੋਈ ਹੈ ਐਕਸੀਡੈਂਟ ਹੋਈ ਹੈ ਤਾਂ ਥੋੜਾ ਜਿਹਾ ਧੱਕਾ ਹੋ ਜਾਂਦਾ ਤਾਂ ਕਰਕੇ ਮੈਂ ਕਹਿਣਾ ਹੁੰਦਾ ਵੀ ਪਹਿਲਾਂ ਇੱਕ ਵਾਰੀ ਮਾਲਕ ਨਾਲ ਚੰਗੀ ਤਰ੍ਹਾਂ ਗੱਲ ਕਰ ਲਿਆ ਕਰੋ ਪੁੱਛ ਲਿਆ ਕਰੋ ਫਿਰ ਜਾਇ ਕਰੋ ਕਈ ਵਾਰੀ ਆਪਾਂ 100-100 ਕਿਲੋਮੀਟਰ ਵੀ ਜਾਣਾ ਹੁੰਦਾ ਹੈ ਥੋੜੇ ਜੀ ਮਤਲਬ ਵੱਧ ਤੱਕ ਹੀ ਅਲੀ ਗੱਲ ਇਹ ਸੀ ਠੀਕ ਆ ਜੀ ਬਾਕੀ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰ ਲਿਆ ਕਰੋ ਗੱਲ ਕਰਕੇ ਪੂਰੀ ਅਪਦੇ ਤਸੱਲੀ ਕਰਕੇ ਫਿਰ ਕਰੋ ਚੱਲਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਜਿੰਨੇ ਤੁਸੀਂ ਆਪਣੇ ਕੋਲੇ ਗੱਡੀ ਭੇਜ ਦਿਓ ਬੇਨਤੀ ਵਾਲੀ ਗੱਲ ਹੈ ਇੱਕ ਤਾਂ ਰੇਟ ਤੇ ਇੱਕ ਪੂਰੀ ਜਾਣਕਾਰੀ ਦੱਸਿਆ ਕਰੋ ਐਕਸੀਡੈਂਟ ਦਾ ਵੀ ਦੱਸ ਦਿਆ ਕਰੋ ਵੀ ਐਕਸੀਡੈਂਟ ਤਾਂ ਨਹੀਂ ਹੋਈ ਜਾਂ ਮਾੜਾ ਮੋਟਾ ਰੰਗ ਹੋਇਆ ਹੁੰਦਾ ਉਹ ਵੀ ਤੁਸੀਂ ਜ਼ਰੂਰ ਦੱਸਿਆ ਕਰੋ ਜੀ ਤੇ ਜੜੀ ਰੇਟਜ ਗੱਡੀ ਆ ਇਹਨਾਂ ਨੇ ਕਿਹਾ ਬਹੁਤ ਵਧੀਆ ਗੱਡੀ ਆ ਘਰ ਲਈ ਪਰਸਨਲ ਚੱਲੀ ਹੋਈ ਆ ਵਧੀਆ ਰੱਖੀ ਹੋਈ ਆ ਤੇ ਜਿਨ੍ਹਾਂ ਦੀ ਗੱਡੀ ਆ 90415 62 900 42 ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਆ ਫੋਨ ਤੁਸੀਂ ਲਗਾ ਸਕਦੇ ਹੋ ਜੀ ਤੇ ਗੱਡੀਆਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਪਈਆਂ ਜੀ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਮਸ਼ੀਨਰੀ ਆ ਪਸੰਦ ਆ ਰਹੀ ਹੈ ਜੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਆਇਓ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਦ ਤੋਂ ਬਾਦ ਸਾਰੇ ਜਣੇ ਕਰ ਦਿਆ ਕਰੋ ਠੀਕ ਆ ਜੀ ਤੇ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਆ ਜਿੱਥੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਭੇਜ ਸਕਦੇ ਹੋ ਤੁਸੀਂ ਵੇਚਣ ਵਾਸਤੇ ਆਪਾਂ ਸੇਲ ਕਰਵਾ ਦਾਂਗੇ ਆਪਾਂ ਐਡ ਲਗਾ ਦਾਂਗੇ ਤੇ ਉਸ ਤੋਂ ਬਾਅਦ ਤੁਹਾਡੇ ਘਰ ਬੈਠੇ ਹੀ ਤੁਹਾਡੀ ਮਸ਼ੀਨਰੀ ਸੇਲ ਹੋ ਜਾਊਗੀ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਬਸ ਰੇਟ ਸਹੀ ਲਾ ਕੇ ਭੇਜੇ ਕਰੂੰ ਬਾਕੀ ਜੇ ਕੋਠੀ ਮਕਾਨ ਕੁਝ ਵੀ ਆ ਭੇਜ ਦੇ ਕਰੋ ਆਪਣੇ ਕੋਲੇ ਹੁਣ ਆਪਾਂ ਗੱਲ ਕਰਦਾ ਡਿਜ਼ਾਇਰ ਗੱਡੀ ਦੀ ਆਪਣੇ ਕੋਲੇ ਮਾਲਕ ਨੇ 15 ਮਾਡਲ ਗੱਡੀ ਭੇਜੀ ਹੈ 2.5 ਲੱਖ ਰੁਪਿਆ ਡਿਮਾਂਡ ਹੈ ਗੱਡੀ ਖੜੀ ਹੈ ਗੁਰਦਾਸਪੁਰ ਏਰੀਆ ਚ ਮਾਲਕ ਦੇ ਘਰੇ ਮਾਲਕ ਨੇ ਵਧੀਆ ਰੱਖੀ ਹੋਈ ਹੈ 2.5 ਲੱਖ ਰੁਪਿਆ ਮੰਗ ਹੈ ਤੇ 15 ਮਾਡਲ ਹੈ ਟਾਇਰ ਵੀ ਗੱਡੀ ਤੇ ਵਧੀਆ ਪਈ ਨੇ ਜੇ ਆਪਾਂ ਅੰਦਰੋਂ ਗੱਲ ਕਰੀਏ ਜਿਵੇਂ ਏਸੀ ਹੀਟਰ ਹੋ ਗਿਆ ਮਾਲਕ ਨੇ ਵਧੀਆ ਸਰਵਿਸ ਵਗੈਰਾ ਕਰਵਾਈ ਹੋਈ ਹੈ ਇੰਜਨ ਗੇਅਰ ਵਧੀਆ ਹੈ ਬਾਕੀ ਤੁਸੀਂ ਜਿਆਦਾ ਜਾਣਕਾਰੀ ਵਾਸਤੇ ਮਾਲਕ ਨੂੰ ਫੋਨ ਲਗਾ ਸਕਦੇ ਹੋ ਜੀ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਗੱਲ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਗੱਡੀ ਦੇ ਵਿੱਚ ਨੁਕਸ ਕੋਈ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਜੀ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੀ ਤੇ ਗੱਡੀ ਦੀ ਗੱਲਬਾਤ ਇਸ ਡਿਜ਼ਾਇਰ ਦੀ ਹੋ ਗਈ ਤੇ ਅੱਗੇ ਹੋਰ ਵੀ ਆਪਾਂ ਗੱਡੀਆਂ ਲੈ ਕੇ ਆਏ ਹਾਂ ਤੇ ਅਗਲੀ ਗੱਡੀਆਂ ਤੁਸੀਂ ਦੇਖ ਰਹੇ ਹੋ ਜਿਹੜੀ ਹੁਣ ਆਪਾਂ ਪਲਸ ਗੱਡੀ ਦਿਖਾ ਰਹੇ ਹਾਂ 12 ਮਾਡਲ ਹਾਂ 13 ਦੇ ਵਿੱਚ ਰਜਿਸਟਰ ਹੋਈ ਹੈ ਪੁਸ਼ ਬਟਨ ਸਟਾਰਟ ਹੈ ਟਾਇਰ ਵਧੀਆ ਨੇ ਮਾਹਲਪੁਰ ਨਧੇਰੀਆ 155 ਮੰਗ ਹੈ ਜੀ ਨੰਬਰ ਜਿੰਨਾ ਦੀ ਗੱਡੀ ਹੈ ਸਕਰੀਨ ਤੇ ਆਪਾਂ ਦੇ ਰੱਖਿਆਗਾ ਹੁਣ ਤੁਸੀਂ ਦੇਖ ਰਹੇ ਹੋ ਆਲਟੋ ਗੱਡੀ ਸੱਤ ਮਾਡਲ ਗੱਡੀ ਆ 60000 ਰੁਪਿਆ ਡਿਮਾਂਡ ਹੈ ਮੋਗੇ ਹੜੀ ਆ 80 ਤੋਂ 85 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਆ ਜੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਤੇ ਪੂਰੀ ਵੀਡੀਓ ਦੇ ਆਪਾਂ ਗੱਲ ਕਰ ਲਈ ਪੂਰੀ ਵੀਡੀਓ ਤੁਸੀਂ ਦੇਖ ਲਈ ਵੀਡੀਓ ਤੁਹਾਨੂੰ ਕਿੰਨੇ ਦੇ ਲਈਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੂ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਮਿਲਦੇ ਆ ਜੀ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਮਸ਼ੀਨਰੀਆਂ ਦੇ ਨਾਲ ਸਾਰੀ ਗੱਡੀਆਂ ਦੀ ਆਪਾਂ ਗੱਲ ਕਰ ਲਈ ਪੂਰੀ ਵੀਡੀਓ ਤੁਸੀਂ ਦੇਖ ਲਈ ਤੇ ਜੇ ਤੁਸੀਂ ਵੀ ਸੇਲ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਸਕਦੇ ਹੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਰਹਿੰਦਾ ਜੀ ਠੀਕ ਹੈ ਜੀ ਮਿਲਦੇ ਆ ਜਲਦੀ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਗੱਡੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਕਮੈਂਟ ਕਰਿਓ ਜ਼ਰੂਰ ਜੀ